ਪੰਜਾਬੀ ਨਿਊਜ਼ ਔਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਅੱਜ ਇੱਕ ਖਾਸ ਮੁਲਾਕਾਤ ਨਾਲ ਹਾਜ਼ਰ ਹਾਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ ਨਾਲ ਖੁਦਕਸ਼ੀਆਂ ਦਾ ਸੂਬਾ ਵੀ ਮੰਨਿਆ ਜਾਂਦਾ ਹੈ, ਪਰ ਕਿਸਾਨ ਖੁਦਕਸ਼ੀ ਦੇ ਰਾਹ ਪੈਣ ਤੋਂ ਬਚ ਕਿਵੇਂ ਸਕਦੇ ਆ, ਇਹੋ ਜਿਹਾ ਫਾਰਮੂਲਾ ਅੱਜ ਦੱਸਣ ਦੇ ਵਾਸਤੇ ਇੱਕ ਐਸੇ ਕਿਸਾਨ ਦੇ ਨਾਲ ਜੁੜੇ ਹਾਂ ਜਿਹੜਾ ਚੰਡੀਗੜ੍ਹ ਰਹਿੰਦਾ ਸੀ। ਵੈਸੇ ਤਾਂ ਪੰਜਾਬ ਦਾ ਕਿਸਾਨ ਚੰਡੀਗੜ੍ਹ ਨੂੰ ਤੁਰਦਾ, ਪਰ ਇਹ ਚੰਡੀਗੜ੍ਹ ਤੋਂ ਮੁੜਿਆ ਹੋਇਆ ਕਿਸਾਨ ਹੈ ਔਰ ਥੋੜ੍ਹੇ ਰਕਬੇ ਦੇ ਵਿੱਚੋਂ ਵੱਡੀ ਜਾਇਦਾਦ ਵੱਡੀ ਆਮਦਨ ਕਮਾਉਣ ਵਾਲਾ ਜੋਧਾ ਸਿੰਘ ਮਾਨ ਇਸ ਵਕਤ ਸਾਡੇ ਨਾਲ ਸ਼ਾਮਿਲ ਹੈ। ਮਾਨ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਚੰਡੀਗੜ੍ਹ ਰਹਿੰਦੇ ਸੀ, ਵਧੀਆ ਕਾਰੋਬਾਰ ਸੀ ਔਰ ਹੁਣ ਤੁਸੀਂ ਪੰਜਾਬ ਦੇ ਵਿੱਚ ਆਏ ਹੋ, ਖਾਸ ਕਰਕੇ ਬਠਿੰਡੇ ਦੇ ਉਸ ਇਲਾਕੇ ਦੇ ਵਿੱਚ ਜਿਹਦੇ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿ ਇੱਥੋਂ ਦੀ ਕਿਸਾਨੀ ਹੈ ਜਿਹੜੀ ਉਹ ਘਾਟੇ ਦਾ ਸੌਦਾ ਹੈ, ਪਰ ਤੁਸੀਂ ਇੱਥੋਂ ਬੜਾ ਲਾਹਾ ਕਮਾ ਰਹੇ ਹੋ, ਕੀ ਖਾਸੀਅਤ ਦੇਖੀ ਤੁਸੀਂ ਇਸ ਪਾਸੇ ਆਉਣ ਦੇ ਤੋਂ ਪਹਿਲਾਂ? ਦੇਖੋ ਜੀ, ਚੰਡੀਗੜ੍ਹ ਤਾਂ ਇੱਕ ਵੱਖਰੀ ਗੱਲ ਹੈ ਵੀ ਚੰਡੀਗੜ੍ਹ ਰਹਿੰਦਾ ਸੀ ਮੈਂ, ਬੱਚੇ ਸੈੱਟ ਕਰਨ ਗਿਆ ਸੀ ਕਿਉਂਕਿ ਬੱਚਿਆਂ ਦਾ ਰੁਝਾਨ ਇਹ ਸੀ ਵੀ ਅਸੀਂ ਕੁਛ ਨਾ ਕੁਛ ਕਰੀਏ, ਉੱਥੇ ਪੜ੍ਹਦੇ ਸੀ ਬੱਚੇ, ਅਤੇ ਮੈਂ ਉਹਨਾਂ ਪੜ੍ਹਾਉਣ ਵਾਸਤੇ ਗਿਆ ਸੀ। ਅੱਜ ਮੇਰੇ ਬੱਚੇ ਵੈੱਲ ਸੈਟਲਡ ਨੇ, ਅਤੇ ਉਸ ਤੋਂ ਬਾਅਦ ਸਾਡਾ ਜਿਹੜਾ ਮੇਰਾ ਸ਼ੁਰੂ ਤੋਂ ਰੁਝਾਨ ਹੈ ਮੇਰਾ ਇਹਨਾਂ ਕੰਮਾਂ ਵਾਲੀ ਹੈ, ਅਤੇ ਮੇਰਾ ਜੀ ਸੀ ਵੀ ਇੱਕ ਬਹੁਤ ਵਧੀਆ ਇੱਕ ਇਸ ਤਰ੍ਹਾਂ ਦਾ ਫਾਰਮ ਕ੍ਰੀਏਟ ਕਰੀਏ ਜਿਹਦਾ ਰਹਿੰਦੀ ਦੁਨੀਆ ਤੱਕ ਨਾਂ ਰੱਖੇ ਰਹੇ, ਅਤੇ ਇਹਦਾ ਨਾਂ ਵੀ ਮੈਂ ਇਸੇ ਕਰਕੇ ਵਰਲਡ ਬੈਸਟ ਰੱਖਿਆ। ਅਤੇ ਮੇਰੀ ਇੱਕ ਤਮੰਨਾ ਹੈ ਔਰ ਮੈਨੂੰ ਅਗਲੇ ਸਾਲ ਤੱਕ ਇਹਨੂੰ ਬਰਡ ਸਪੈਸ਼ਲਿਸਟ ਬਣਾ ਦੂੰਗਾ। ਔਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਵੈਸੇ ਸਾਨੂੰ ਦੱਸਿਆ ਜਾਂਦਾ ਕਿ ਸਹਾਇਕ ਧੰਦੇ ਕਰਨ ਦੀ ਲੋੜ ਹੈ, ਤੁਸੀਂ ਉਸ ਸਹਾਇਕ ਧੰਦਿਆਂ ਨੂੰ ਲਗਭਗ 1.5 ਦਰਜਨ ਸਹਾਇਕ ਧੰਦਿਆਂ ਨੂੰ ਸ਼ੁਰੂ ਕੀਤਾ ਹੋਇਆ, ਕਿਵੇਂ ਕਿਵੇਂ ਇਹ ਸ਼ੁਰੂ ਹੁੰਦੇ ਗਏ ਅਤੇ ਕਿਵੇਂ ਕਿਵੇਂ ਇਹਦੀ ਇਨਪੁੱਟ ਹੈ ਸਾਹਮਣੇ ਆਉਂਦੀ ਗਈ? ਦੇਖੋ, ਮੈਂ ਇਹ ਨਹੀਂ ਵੀ ਇੱਕੇ ਦਿਨ ਸਾਰੇ ਕੰਮ ਸ਼ੁਰੂ ਕਰਤੇ, ਮੇਰੇ ਕੋਲ ਵੈਸੇ 1.5 ਦਰਜਨ ਨਹੀਂ, ਮੇਰੇ ਇਸ ਵਕਤ ਮੇਰੇ ਕੋਲ ਸਿਰਫ 12 ਜਿਹੜੇ ਪ੍ਰੋਜੈਕਟ ਹੈ ਕੰਮ ਕਰ ਰਹੇ ਆ, ਕਿਉਂਕਿ 6 ਪ੍ਰੋਜੈਕਟ ਮੇਰੇ ਸਾਡੇ ਪਾਈਪਲਾਈਨ 'ਚ ਨੇ, ਉਹ ਹਰ ਮਹੀਨੇ ਅਸੀਂ ਬਣਾਉਣੇ ਆ। ਅਤੇ ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਲਾਉਣਾ ਡਰੈਗਨ ਫਰੂਟ ਅਤੇ ਪਪੀਤਾ, ਲੇਕਿਨ ਉਹਦੇ ਵਿੱਚੋਂ ਸਾਨੂੰ ਲੱਗਿਆ ਵੀ ਡਰੈਗਨ ਫਰੂਟ ਜ਼ਿਆਦਾ ਅੱਛੀ ਫਸਲ ਹੈ, ਅਤੇ ਅਸੀਂ ਇਹ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸੀਂ ਫਿਰ ਲਗਾਤਾਰ ਜਿਹੜਾ ਜਾਨਵਰਾਂ ਦੇ ਕੰਮ ਸ਼ੁਰੂ ਕੀਤਾ ਪਿਛਲੇ 1 ਸਾਲ ਤੋਂ, ਅਤੇ ਸਭ ਤੋਂ ਪਹਿਲਾਂ ਮੈਂ ਬਟੇਰਾ ਜਿਹੜਾ ਪਾਇਆ ਸਿਰਫ 500 ਜਾਨਵਰ ਦੇ ਨਾਲ, ਅਤੇ ਜਿਹਦੀ ਮੈਨੂੰ ਲੱਗਿਆ ਵੀ ਅੱਛੀ ਆਊਟਪੁੱਟ ਹੈ। ਅਤੇ ਉਸ ਤੋਂ ਬਾਅਦ ਅਸੀਂ ਹਰ ਮਹੀਨੇ ਜਿਸ ਤਰ੍ਹਾਂ ਵੀ ਕੜਕਨਾਥ ਪਾਇਆ ਜਾਂ ਬੱਕਰੀ ਪਾਈ, ਅਤੇ ਲਗਾਤਾਰ ਅਸੀਂ ਜਿਵੇਂ ਸਾਡੀ ਬੱਤਕ ਹੈ ਅਤੇ ਟਰਕੀ ਹੈ, ਕਬੂਤਰ ਨੇ ਜਾਂ ਖਰਗੋਸ਼ ਨੇ, ਅਸੀਂ ਥੋੜ੍ਹੇ ਥੋੜ੍ਹੇ ਹਿਸਾਬ ਨਾਲ ਸਾਰਾ ਕੁਛ ਸ਼ੁਰੂ ਕੀਤਾ, ਅਤੇ ਸਾਡਾ ਅੱਜ ਪ੍ਰੋਜੈਕਟ ਬੜਾ ਵਧੀਆ ਚੱਲਣਾ ਸ਼ੁਰੂ ਹੋ ਗਿਆ, ਅਸੀਂ ਹੁਣ ਇਹਨੂੰ ਵੱਡੇ ਲੈਵਲ 'ਤੇ ਐਕਸਪੈਂਡ ਕਰ ਰਹੇ ਹਾਂ। ਮਾਨ ਸਾਹਿਬ, ਇਹਦੇ 'ਤੇ ਟੋਟਲ ਇਨਵੈਸਟਮੈਂਟ ਕਿੰਨੀ ਸੀ ਅਤੇ ਆਊਟਪੁੱਟ ਕਿੰਨੀ ਆ ਰਹੀ ਹੈ ਹੁਣ ਤੱਕ? ਦੇਖੋ ਜੀ, ਸਾਡਾ ਜੀ ਸਿਰਫ ਜੱਟਾਂ ਸਾਹਿਬ ਹੀ ਹੈ, ਕਿਉਂਕਿ ਅਸੀਂ ਕਿਸੇ ਤੋਂ ਲੋਨ ਨਹੀਂ ਲਿਆ, ਅਸੀਂ ਕਿਸੇ ਨਾਲੋਂ ਨਹੀਂ ਕੀਤਾ, ਅਸੀਂ ਜਿਵੇਂ ਜਿਵੇਂ ਹੁੰਦੀ ਰਹੀ ਅਸੀਂ 28-30 ਲੱਖ ਰੁਪਇਆ ਲਾਇਆ, ਅਤੇ ਉਸ ਤੋਂ ਬਾਅਦ ਸਾਡੀ ਹੁਣ ਆਊਟਪੁੱਟ ਠੀਕ ਚੱਲ ਰਹੀ ਹੈ। ਹੁਣ ਅਸੀਂ ਜਿੰਨਾ ਚਾਹੇ ਸਾਨੂੰ 10,000 ਦੀ ਇਨਕਮ ਆਵੇ, 20,000 ਦੀ ਇਨਕਮ ਆਵੇ ਡੇਲੀ ਦੀ, ਤਾਂ ਅਸੀਂ ਸਾਰਾ ਖਰਚਾ ਇਸੇ 'ਤੇ ਕਰ ਰਹੇ ਹਾਂ, ਅੱਗੇ ਇਹਨੂੰ ਵਧਾ ਰਹੇ ਹਾਂ, ਅਤੇ ਬੜਾ ਵਧੀਆ ਜਾਣੀ ਅੱਛੀ ਉਹ ਆ ਰਹੀ ਹੈ ਸਾਨੂੰ। ਇੱਕ ਪਾਸੇ ਹੁਣ ਜਿਹੜਾ ਪੰਜਾਬ ਦਾ ਯੂਥ ਹੈ ਵਿਦੇਸ਼ ਜਾਣਾ ਚਾਹੁੰਦਾ, ਜ਼ਮੀਨਾਂ ਸਾਡੀਆਂ ਦੇ ਰੇਟ ਘੱਟ ਗਏ ਨੇ, ਤੁਸੀਂ ਥੋੜ੍ਹੇ ਜਿਹੇ ਰਕਬੇ ਦੇ ਵਿੱਚ ਜਿਵੇਂ 10-20 ਹਜ਼ਾਰ ਰੁਪਏ ਦਾ ਇੱਕ ਦਿਨ ਦਾ ਕਹਿ ਰਹੇ ਹੋ, ਤਾਂ ਆਪਾਂ ਮੰਨ ਸਕਦੇ ਹਾਂ ਕਿ 3 ਲੱਖ ਰੁਪਇਆ ਘੱਟੋ ਘੱਟ ਜਾਂਦਾ ਮਹੀਨੇ ਦਾ ਤੁਹਾਡੇ ਖਾਤੇ ਦੇ ਵਿੱਚ, ਖਰਚੇ ਚਲੋ ਅਲੱਗ ਹੋਣਗੇ, ਅਤੇ ਇੰਨਾ ਤਾਂ ਹੋਰ ਪਾਸੇ ਕਿਤੇ ਕਮਾਈ ਦਾ ਸਾਧਨ ਹੈ ਨਹੀਂ। ਜੇ ਇਸ ਤਰ੍ਹਾਂ ਦੇ ਅਸੀਂ ਖੇਤੀ ਦੇ ਨਾਲ ਜੁੜੇ ਹੋਏ ਹੋਰ ਮੌਕੇ ਤਲਾਸ਼ ਲਵਾਂਗੇ, ਰਾਹ ਬੜਾ ਵਧੀਆ ਹੋ ਸਕਦਾ। ਕਿੰਨੇ ਕੁ ਨੌਜਵਾਨ ਤੁਹਾਡੇ ਤੋਂ ਇਸ ਮਾਮਲੇ ਦੀ ਸੇਧ ਲੈਣ ਆਉਂਦੇ ਆ? ਸਾਡੇ ਕੋਲ ਤਕਰੀਬਨ 5 ਸਟੇਟਾਂ ਦੇ ਜਿਹੜੇ ਲੋਕ ਹੈ, ਆ ਤੁਸੀਂ ਹੁਣ ਦੇਖੀ ਹੋਣੇ ਆ ਵੀ ਇੱਥੋਂ ਆ ਰਹੇ ਆ ਜਾ ਰਹੇ ਆ, ਪਹਿਲਾਂ ਹਰਿਆਣੇ ਤੋਂ ਆਏ ਸੀਗੇ ਅਤੇ ਆਸੇ ਪਾਸੇ ਦੇ, ਸਾਡੇ ਤਕਰੀਬਨ 5 ਸਟੇਟਾਂ ਆ ਰਹੀਆਂ ਨੇ। ਅਤੇ ਬਾਕੀ ਮੇਰੀ ਇੱਕ ਤਮੰਨਾ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਗੋਰੇ ਆਉਣ ਲਾ ਦੇਣੇ 1 ਸਾਲ ਦੇ ਵਿੱਚ ਵਿੱਚ, ਅਤੇ ਮੈਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਮੇਰਾ ਅਸਲ 'ਚ ਮੇਰਾ ਮਕਸਦ ਹੀ ਇਹ ਹੈ ਜ਼ਿਆਦਾਤਰ ਬਈ ਲੋਕ ਇਹ ਕਿੱਥੇ ਸ਼ੁਰੂ ਕਰਨ, ਕੰਮ ਕਰਨ, ਸਿੱਖਣ, ਫਰੀ ਦੱਸਾਂਗੇ, ਫਰੀ ਟ੍ਰੇਨਿੰਗ ਦੇਵਾਂਗੇ, ਹਰ ਇੱਕ ਚੀਜ਼ ਅਸੀਂ ਜਾਣੀ ਸਾਡੀ ਕੋਸ਼ਿਸ਼ ਹੈ। ਔਕੜਾਂ ਕਿੰਨੀਆਂ ਗਈਆਂ ਬਾਈ ਜੀ, ਕਿਉਂਕਿ ਚੰਗੀਆਂ ਚੀਜ਼ਾਂ ਤਾਂ ਬਹੁਤ ਸਾਰੀਆਂ ਸਾਹਮਣੇ ਆ ਜਾਂਦੀਆਂ, ਔਕੜਾਂ ਦਾ ਜ਼ਿਕਰ ਅਕਸਰ ਰਹਿ ਜਾਂਦਾ, ਅਤੇ ਕਿਸਾਨ ਨੂੰ ਜਦੋਂ ਯੂਨੀਵਰਸਿਟੀ 'ਚੋਂ ਵੀ ਉਹ ਟ੍ਰੇਨਿੰਗ ਲੈ ਕੇ ਆਉਂਦਾ ਜਾਂ ਕੁਛ ਹੋਰ ਹੈ, ਉਦੋਂ ਆਮਦਨ ਦੇ ਸਾਧਨ ਤਾਂ ਦੱਸੇ ਜਾਂਦੇ ਆ, ਖਰਚ ਵਾਲੀਆਂ ਗੱਲਾਂ ਘੱਟ ਜਾਂ ਤਾਂ ਸਾਡੇ ਚੇਤੇ ਨਹੀਂ ਰਹਿੰਦੀਆਂ ਜਾਂ ਪੱਲੇ ਨਹੀਂ ਪੈਂਦੀਆਂ। ਦੇਖੋ, ਔਕੜਾਂ ਦਾ
ਜਦੋਂ ਸ਼ੁਰੂ ਕਰਦੇ ਹਾਂ ਕੁਛ ਨਾ ਮਾੜਾ ਮੋਟਾ ਸ਼ੁਰੂਆਤ 'ਚ ਆਉਂਦੀਆਂ ਨੇ, ਕਿਉਂਕਿ ਜਿਵੇਂ ਮੇਰੇ ਬੱਚੇ ਨੇ ਲਾ ਲਓ ਤੁਸੀਂ ਬੜੇ ਵੈਲ ਸੈਟਲਡ ਨੇ ਚੰਡੀਗੜ੍ਹ ਦੇ ਵਿੱਚ, ਸ਼ੁਰੂ 'ਚ ਬੜਾ ਉਹਨਾਂ ਨੇ ਕਿਹਾ ਵੀ ਡੈਡੀ ਤੁਸੀਂ ਯਾਰ ਗਰਮੀ ਜਾ ਕੇ ਕਿਉਂ ਬੈਠਦੇ ਹੋ, ਅਤੇ ਤੁਸੀਂ ਆਰਾਮ ਨਾਲ ਆਪਾਂ ਇੱਥੇ ਬੈਠੇ ਹਾਂ ਅਤੇ ਵਧੀਆ ਸਾਰਾ ਕੁਛ ਅਸੀਂ ਸੈੱਟ ਹਾਂ ਅਤੇ ਤੁਸੀਂ ਬੈਠੋ। ਲੇਕਿਨ ਮੈਂ ਉਹਨਾਂ ਤੋਂ ਵੀ ਥੋੜ੍ਹਾ ਜਿਹਾ ਉਹ ਕਰਕੇ ਬਾਗੀ ਹੋ ਗਏ ਅਤੇ ਮੈਂ ਇਹ ਕੰਮ ਕੀਤਾ ਅਤੇ ਅੱਜ ਬੱਚੇ ਬੜੇ ਖੁਸ਼ ਨੇ। ਬੱਚੇ ਕਹਿੰਦੇ ਵੀ ਠੀਕ ਹੈ ਤੁਸੀਂ ਤਾਂ ਕੰਮ ਵਾਕਈ ਵਧੀਆ ਸ਼ੁਰੂ ਕਰ ਲਓ, ਬਹਾਨੇ ਆਊਟਿੰਗ ਕਰਨ ਆ ਜਾਂਦੇ ਹੁਣ ਪਿੰਡਾਂ ਵੱਲ। ਹਾਂ ਇਸ ਕਰਕੇ ਵੀ ਬਾਕੀ ਮੇਰਾ ਜਿਹੜਾ ਸ਼ੁਰੂ ਤੋਂ ਰੁਝਾਨ ਆ, ਮੈਂ ਸ਼ੁਰੂ 'ਚ ਵੀ ਮੈਂ ਸਾਰੇ ਕਿੱਤੇ ਕਰਕੇ ਪਹਿਲਾਂ ਦੇਖੇ ਹੋਏ ਨੇ। ਹੌਲੀ ਹੌਲੀ ਜਦੋਂ ਨੌਜਵਾਨ ਸੀ ਉਦੋਂ ਵੀ ਮੈਂ ਮੱਖੀ ਪਾਲਣ ਦਾ, ਸਭ ਤੋਂ ਪੰਜਾਬ 'ਚ ਚਾਰ ਫਾਰਮਰੀ ਸੀ ਜਦੋਂ ਮੱਖੀ ਪਾਲਣ ਦਾ ਕੰਮ ਕਰਦੇ ਸੀ ਜੀ, ਅਤੇ ਮੈਂ ਕਰਦੇ ਹੁਣ 10 ਸਾਲ ਤੋਂ ਲਗਾਤਾਰ ਮੈਂ ਮੋਹਾਲੀ ਚੰਡੀਗੜ੍ਹ 'ਚ ਰਹਿ ਰਿਹਾ ਸੀਗਾ ਅਤੇ ਹੁਣ ਮੈਨੂੰ ਲੱਗਿਆ ਮੈਂ ਫ੍ਰੀ ਹਾਂ ਅਤੇ ਕੁਛ ਨਾ ਕੁਛ ਕਰ ਲਈਏ। ਬਾਕੀ ਮੈਨੂੰ ਵਧੀਆ ਲੱਗਦਾ ਵੀ ਐਸੇ ਮਾਹੌਲ 'ਚ ਰਹਿ ਕੇ ਜਾਨਵਰਾਂ 'ਚ ਆਪਦਾ ਉਹ ਕਰਕੇ, ਅਤੇ ਇਹ ਜਿਹਾ ਮਾਹੌਲ ਬੜਾ ਅੱਛਾ ਲੱਗਦਾ। ਅਤੇ ਚੰਡੀਗੜ੍ਹ ਮੈਨੂੰ ਇੱਕ ਤਰ੍ਹਾਂ ਦਾ ਵਧੀਆ ਨਹੀਂ ਲੱਗਦਾ ਸੀ ਅਤੇ ਉੱਥੇ ਦਮ ਘੁੱਟਦਾ ਸੀ। ਮਾਨ ਸਾਹਿਬ ਕਿੰਨਾ ਕੁ ਰੁਜ਼ਗਾਰ ਪੈਦਾ ਕਰਤਾ, ਕਿੰਨੇ ਕੁ ਲੋਕ ਨੇ? ਕਿਉਂਕਿ ਹੁਣ ਇੱਕ ਤਾਂ ਚੀਜ਼ ਇਹ ਹੈ ਕਿ ਸਾਡੇ ਮਜ਼ਦੂਰ ਆ ਜਿਹੜੇ ਉਹ ਜਾਂ ਤਾਂ ਨਰੇਗਾ ਵੱਲ ਜਾਂਦੇ ਜਾਂ ਸ਼ਹਿਰਾਂ ਵੱਲ ਜਾਂਦੇ ਆ ਦਿਹਾੜੀ ਕਰਨ, ਜ਼ਿਮੀਦਾਰ ਵੀ ਜਾਣ ਲੱਗ ਗਏ ਨੇ, ਹੁਣ ਹਾਲਾਤ ਇਹੋ ਜਿਹੇ ਬਣ ਗਏ ਨੇ ਮਾਲਵੇ ਦੇ, ਦੋ ਦੋ ਤਿੰਨ ਤਿੰਨ ਕਿੱਲਿਆਂ ਦੇ, ਅਤੇ ਤੁਹਾਡੇ ਕੋਲ ਕਿੰਨੀ ਕੁ ਜੋਬ ਕ੍ਰੀਏਟ ਹੋ ਗਈ ਆ ਹੁਣ, ਕਿੰਨੇ ਕੁ ਰੈਗੂਲਰ ਬੰਦੇ ਆ ਜਿਹੜੇ ਕੰਮ ਕਰੀ ਜਾਂਦੇ? ਸਾਡੇ ਕੋਲ ਵੈਸੇ ਤਾਂ ਜਿਹੜੇ ਜਮ੍ਹਾਂ ਪੱਕੇ ਤਾਂ ਰੱਖੇ ਹੋਏ ਸੀ 2 ਬੰਦੇ ਨੇ, ਅਤੇ ਹੁਣ ਸਾਡੇ ਕੋਲ 3 ਬੰਦੇ ਤਾਂ ਆਉਂਦੇ ਆ, 5-10 ਬੰਦੇ ਵੀ ਕਦੇ, 20 ਬੰਦੇ ਵੀ ਕਰ ਲੈਂਦੇ ਆ, ਅਤੇ ਹੁਣ ਚੱਲਦੀ ਰਹਿੰਦੀ ਆ ਸਾਡੀ ਕਿਉਂਕਿ ਲਗਾਤਾਰ ਅੱਗੇ ਵੱਧ ਰਹੇ ਹਾਂ, ਇਸ ਕਰਕੇ 10-5 ਬੰਦੇ ਸਾਨੂੰ ਆਊਟਿੰਗ ਦੂਸਰੇ ਬੁਲਾਉਣੇ ਪੈਂਦੇ ਨੇ। ਕਹਿੰਦੇ ਹੁੰਦੇ ਆ ਜੱਟ ਲੇਖਾ ਜੋਖਾ ਨਹੀਂ ਕਰਦਾ, ਪਰ ਜੇ ਜੱਟ ਕਰਨ ਲੱਗ ਜਾਏ ਤਾਂ ਉਹ ਗਾਹਾਂ ਮਾਨ ਹੋਵੇ, ਫਿਰ ਬਾਬਾ ਵਧੀਆ ਤਰੀਕੇ ਨਾਲ ਕਰ ਲੈਂਦਾ। ਸੋ ਆਊਟਪੁੱਟ ਦਾ ਹਿਸਾਬ ਕਿਤਾਬ ਲਾਉਣੇ ਹੋ? ਹਾਂਜੀ ਆਊਟਪੁੱਟ ਦਾ ਹਿਸਾਬ ਕਿਤਾਬ ਲਾਉਂਦੇ ਹਾਂ, ਅਸੀਂ ਹਿਸਾਬ ਕਿਤਾਬ ਲਾਇਆ ਵੀ ਤਕਰੀਬਨ ਜਿਹੜਾ ਜਿੰਨਾ ਅਸੀਂ ਸੇਲ ਕਰ ਰਹੇ ਹਾਂ ਨਾ, ਸਾਡੀ ਵਧੀਆ ਸੇਲ ਹੈ, ਤਕਰੀਬਨ ਕਦੇ 30,000 ਦੀ 35,000 ਦੀ, ਜਿਹਦੇ ਬੱਕਰੀ ਬੁੱਕਰੀ ਵਿਕੀ 1-1.5 ਲੱਖ ਦੀ ਵੀ ਸੇਲ ਹੋ ਜਾਂਦੀ ਆ, ਅਤੇ ਬੜੀ ਅੱਛੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ, ਉੱਨੀ ਕੁ ਤਾਂ ਇਨਕਮ ਆਮ ਤੌਰ 'ਤੇ ਆ ਜਾਂਦੀ ਹੈ ਪਰਚੂਣ ਵਾਲੀ। ਹਾਂ ਅਤੇ ਸਾਡਾ ਸਾਰਾ ਦਿਨ ਹੀ ਮੁਰਗਾ ਕਾਫੀ ਵਿਕੀ ਜਾਂਦਾ, ਬਟੇਰਾ ਵਿਕੀ ਜਾਂਦਾ, ਅਤੇ ਡਰੈਗਨ ਫਰੂਟ ਦਾ ਜਿਹੜਾ ਇਹ ਆਪਣਾ ਪਲਾਂਟ ਆ ਇਹ ਵਿਕੀ ਜਾਂਦਾ, ਆਂਡੇ ਵਿਕਦੇ ਨੇ, ਜਾਣੀ ਅਸੀਂ ਇੱਕ ਇਸ ਤਰ੍ਹਾਂ ਬਹਿ ਗਏ ਜਿਵੇਂ ਇੱਕ ਮੌਲ ਦੇ ਵਿੱਚ ਬੰਦਾ ਬੈਠਾ ਹੁੰਦਾ, ਜਦੋਂ ਕੋਈ ਆਇਆ ਕੁਛ ਨਾ ਕੁਛ ਲੈ ਕੇ ਜਾਊਗਾ। ਅਤੇ ਆਹ ਵੀ ਹੁਣ ਇਹ ਕੀ ਹਿਸਾਬ ਕਿਤਾਬ ਜਾ, ਜਿਵੇਂ ਕੰਡੇ ਕੁੰਡੇ ਜਿਹਾ, ਮੈਨੂੰ ਕੈਕਟਸ ਲੱਗਦਾ ਸੀ ਪਹਿਲਾਂ, ਹੁਣ ਤੁਸੀਂ ਦੱਸਿਆ ਇਹ ਕੁਛ ਬਾਹਰਲਾ ਡਰੈਗਨ ਹੈਗਾ? ਨਹੀਂ ਹੈ ਤਾਂ ਇਹ ਦੇਖੋ ਵਰਾਇਟੀ ਤਾਂ ਕੈਕਟਸ ਹੀ ਹੈ ਬਿਲਕੁਲ, ਪਰ ਕੈਕਟਸ ਦੀਆਂ ਬਹੁਤ ਵਰਾਇਟੀਆਂ ਨੇ ਜਿਹਦੇ ਵਿੱਚ, ਜਿਵੇਂ ਆਪਣੇ ਪਹਿਲਾਂ ਸੀਗਾ ਉਹ ਇਸ ਤਰ੍ਹਾਂ ਦੀ ਨਿਊ ਸੀਗੀ। ਆਪਾਂ ਤਾਂ ਸ਼ਿਵ ਕੁਮਾਰ ਬਟਾਲਵੀ ਵਾਲੇ ਦੇਖਿਆ ਸੀ, ਮੈਂ ਕੰਡਿਆਲੀ ਦੋ ਰੁਪਏ ਸੱਜਣਾ। ਹਾਂ ਉਹ ਕੰਡਿਆਲੀ ਥੋਰ ਹੀ ਦੇਖਦੇ, ਆਪਾਂ ਤਾਂ ਸਿਵਿਆਂ ਦੇ ਵਿੱਚ ਖੜੀ ਹੈ, ਕਿਤੇ ਹੋਰ ਖੜੀ ਹੈ ਸ਼ਮਸ਼ਾਨ ਘਾਟ, ਅਤੇ ਲੇਕਿਨ ਇਹ ਥਾਈਲੈਂਡ ਦੀ, ਚਾਈਨਾ, ਵੀਤਨਾਮ, ਇਹਨਾਂ ਕੰਟਰੀ ਦੇ ਵਿੱਚ ਇਹ ਬਹੁਤ ਹੋ ਰਿਹਾ, ਅਤੇ ਆਪਾਂ ਨੂੰ ਸਪਲਾਈ ਵੀ ਸਾਰੀ 95% ਇਹਨਾਂ ਤੋਂ ਆ ਰਹੀ ਆ। ਇੱਕ ਖਾਸੀਅਤ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਕਿ ਇਹ ਪਿੰਕ ਅਤੇ ਵਾਈਟ ਆ ਰਿਹਾ ਹੈਗਾ, ਇੱਕ ਦਾ ਟੇਸਟ ਵਧੀਆ ਨਹੀਂ ਹੁੰਦਾ, ਬੱਚਿਆਂ ਨਾਲ ਵੀ ਆਪਾਂ ਗੱਲ ਕੀਤੀ ਸੀ, ਇਹ ਕਿਹੜੀ ਵਰਾਇਟੀ ਹੈ ਅਤੇ ਇਹਨੂੰ ਖਾਣ ਨੂੰ ਕਿੰਨਾ ਕੁ ਪਸੰਦ ਕਰਦੇ ਆ? ਇਹ ਦੇਖੋ ਜੀ, ਇਹ ਹੈਗੀ ਆ ਰੈੱਡ ਵਰਾਇਟੀ, ਰੈੱਡ ਵਰਾਇਟੀ ਹਜੇ ਆਪਣੇ ਇੰਡੀਆ 'ਚ ਬਹੁਤ ਘੱਟ ਹੈ, ਕਿਉਂਕਿ ਜਿੰਨੀ ਬਾਹਰ ਵਰਾਇਟੀ ਜਿਵੇਂ ਚਾਈਨਾ ਦੇ ਵਿੱਚ ਜਿੰਨਾ ਮਾਲ ਆ ਰਿਹਾ ਪੂਰਾ ਵਾਈਟ ਹੈ, ਵਾਈਟ ਦਾ ਟੇਸਟ ਇੰਨਾ ਵਧੀਆ ਨਹੀਂ ਹੈ, ਲੇਕਿਨ ਉਹ ਫਿਰ ਵੀ ਜੋ ਸਾਡੀ ਹੋਰ ਕਿਸੇ ਪਾਸੇ ਸਾਨੂੰ ਮਿਲਦਾ ਨਹੀਂ ਰੈੱਡ, ਤਾਂ ਉਹ ਕਹਿੰਦੇ ਰੈੱਡ ਤਾਂ ਬਹੁਤ ਸਵਾਦ ਅਤੇ ਮਿੱਠਾ ਹੈ। ਮਾਨ ਸਾਹਿਬ 2 ਕਨਾਲਾਂ ਥਾਂ ਆਏ ਆਪਾਂ ਜਿੱਥੇ ਮੈਨੂੰ ਲੱਗਦਾ ਖੜ੍ਹੇ ਹਾਂ, ਜੇ ਘੱਟ ਵੱਧ ਹੋ ਸਕਦਾ ਤੁਹਾਨੂੰ ਜ਼ਿਆਦਾ ਪਤਾ ਹੋਊ ਵੈਸੇ ਅੰਦਾਜ਼ਾ ਜਾ ਮੇਰਾ, ਅਤੇ ਇਸ ਦੇ ਵਿੱਚੋਂ ਹੁਣ ਤੱਕ ਦਾ ਕਿੰਨਾ ਕੁ ਫਰੂਟ ਹੈ ਜਿਹੜਾ ਟੁੱਟ ਗਿਆ ਹੋਊ, ਕਿੰਨੇ ਕੁ ਪੈਸਿਆਂ ਦਾ, ਅਤੇ ਹੋਰ ਜਿਹੜੀ ਆਪਾਂ ਕਰਾਪ ਆ ਉਹ ਕਿੰਨੇ ਕੁ ਦੀ ਲਈ ਹੋਊ? ਨਹੀਂ ਦੇਖੋ ਸਾਡੀ ਪਹਿਲੀ ਕਰੋਪ ਆ, ਪਹਿਲੀ ਕਰੋਪ ਤਕਰੀਬਨ ਇੱਕ ਬੂਟੇ ਨੂੰ 2 ਜਾਂ 3 ਫਲ ਹੀ ਆਉਂਦੇ ਨੇ, ਅਤੇ 2-3 ਫਲ ਤਾਂ ਤਕਰੀਬਨ ਇਸ ਤਰ੍ਹਾਂ ਹੁੰਦਾ ਵੀ ਕੋਈ ਆਇਆ, 4 ਆਏ, ਸਾਰਾ ਦਿਨ ਆਈ ਜਾਂਦੇ ਲੋਕ, ਜਿੰਨਾ ਵੀ ਹੁੰਦਾ ਵੀ ਰਿਸ਼ਤੇਦਾਰ ਹੋਏ, ਜਿਹੜਾ ਵੀ ਪਹਿਲਾਂ ਟੈਸਟਿੰਗ ਫਰੂਟ ਹੀ ਹੁੰਦਾ, ਅਤੇ ਉਹ ਅਸੀਂ ਵੇਚਣ 'ਤੇ ਨਹੀਂ ਜ਼ੋਰ ਦਿੱਤਾ, ਉਹ ਲੋਕਾਂ ਨੂੰ ਖਵਾਉਣ 'ਤੇ ਦੇਣ 'ਤੇ ਜ਼ੋਰ ਦਿੱਤਾ। ਰੁਜ਼ਗਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਲੋਕ ਆਏ ਸਿੱਖ ਕੇ ਕਿਸੇ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂ ਹਜੇ ਸਿਰਫ ਸਲਾਹ ਹੀ ਲੈਣ ਆਉਂਦੇ ਆ? ਨਹੀਂ ਬਹੁਤ ਬੰਦੇ ਕਰ ਰਹੇ ਆ ਜੀ, ਬਹੁਤ ਬੰਦੇ ਪੂਰੇ ਜਦੋਂ ਜਹਿਦ ਨਾਲ ਪੂਰੇ ਅਵਸਰ ਲੱਗੇ ਹੋਏ ਆ, ਮੇਰਾ ਖਿਆਲ 20-30 ਫਾਰਮਰ ਤਾਂ ਐਸੇ ਨੇ ਵੀ ਜਿਹੜੇ ਸਾਥੋਂ ਕਾਫੀ ਕੁਛ ਲੈ ਗਏ ਆ, ਉਹਨਾਂ ਨੇ ਕੰਮ ਵੀ ਵਧੀਆ ਢੰਗ ਨਾਲ ਸ਼ੁਰੂ ਕਰਤਾ, ਅਤੇ ਮੈਨੂੰ ਉਮੀਦ ਆ ਵੀ ਸਾਡੇ ਘੱਟੋ ਘੱਟ 1,000 ਬੰਦਾ ਸਾਡੇ ਜਲਦੀ ਇਹ ਤੋਂ ਨਵਾਂ ਫਾਰਮਰ ਖੜ੍ਹਾ ਹੋ ਰਿਹਾ ਸਾਡੇ ਫਾਰਮ ਤੋਂ। ਅਤੇ ਮਾਨ ਸਾਹਿਬ ਬੱਕਰੀ ਦੀ ਕਿੰਨੀ ਕੁ ਕੀਮਤ ਆ ਜਿਹੜੀ ਤੁਹਾਡੇ ਕੋਲ ਇਸ ਵਕਤ ਹੁਣ, ਵੱਧ ਤੋਂ ਵੱਧ ਅਤੇ ਘੱਟੋ ਘੱਟ? ਸਾਡੇ ਕੋਲ ਜਿਹੜੀ ਬੱਕਰੀ ਆ ਦੇਖੋ, ਬੀਟਲ ਹੈ ਜਾਂ ਅਫਰੀਕਨ ਬੋਰ ਹੈ,
ਬੀਟਲ ਤਾਂ ਉਹੀ ਰੇਟ ਹੈ, ਬੀਟਲ ਦਾ ਸਾਡਾ ਜਿਹੜਾ ਵਿਕਦੀ ਹੈ ਕੋਈ 20,000 ਤੋਂ ਸ਼ੁਰੂ ਹੁੰਦੀ ਹੈ ਤਕਰੀਬਨ ਬੀਟਲ, ਅਤੇ 30,000-40,000 ਤੱਕ ਜਿਹੜੀ ਜਾਂਦੀ ਹੈ, ਅਤੇ ਉਹ ਵੀ ਉਹਦਾ ਦੇਖ ਕੇ ਰੇਟ ਹੈ, ਜਿਹੜਾ ਜਿਹੋ ਜਿਹਾ ਸਾਡਾ ਜਾਨਵਰ ਹੈ ਉਸ ਤਰ੍ਹਾਂ ਦਾ ਉਹਦਾ ਰੇਟ ਮਿਲਦਾ ਸਾਨੂੰ। ਅਤੇ ਲੇਕਿਨ ਬੋਰ ਦਾ ਰੇਟ ਫਿਕਸ ਹੈ, ਕਿਉਂਕਿ ਬੋਰ ਅਫਰੀਕਨ ਬੋਰ ਦਾ ਰੇਟ ਹੈ ਜਿਹੜਾ 2,000 ਰੁਪਏ ਪਰ ਕੇ ਜੀ ਹੈ, ਅਤੇ ਜਿਹੜਾ ਬੱਚਾ ਹੈ ਉਹ ਅਸੀਂ 40,000 ਦਾ ਵੇਚਦੇ ਹਾਂ। ਔਰ ਇੱਕ ਚੀਜ਼ ਹੋਰ ਜਿਹੜੀ ਹੈ ਕਿ ਕਿਉਂਕਿ ਮੈਂ ਪਹਿਲਾਂ ਕਿਸੇ ਤੋਂ ਪੁੱਛਿਆ ਸੀ ਕਿ ਬੱਕਰੀਆਂ ਜੇ ਰੱਖਣੀਆਂ ਹੋਣ, ਕਾਰੋਬਾਰ ਕਰਨਾ ਹੋਵੇ ਕਿਵੇਂ ਆ, ਕਹਿੰਦੇ ਸਾਨੂੰ ਲਿਆਉਣੀਆਂ ਔਖੀਆਂ, ਵੇਚਣੀਆਂ ਤਾਂ ਬੜੀਆਂ ਸੌਖੀਆਂ। ਨਹੀਂ ਵੇਚਣੀਆਂ ਤਾਂ ਦੇਖੋ ਇਹ ਜਾਨਵਰਾਂ ਆ ਵੀ ਲੋਕਾਂ ਲੋੜ ਹੈ, ਅਤੇ ਇਹ ਤਾਂ ਕੋਈ ਵੇਚਣ ਵਾਲਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਬੱਕਰੀ ਦਾ ਜਿਹੜਾ ਇਹ ਤਾਂ ਮਾਸ ਮਿੱਟੀ ਵਾਸਤੇ ਜਾਂਦੀ ਹੈ, ਅਤੇ ਬਾਕੀ ਜਿਹੜਾ ਬੱਕਰੀ ਅਤੇ ਜਿਹੜੇ ਵੱਡੇ ਅੱਜ ਕੱਲ੍ਹ ਇਹ ਕਿੱਤਾ ਕਮਰਸ਼ੀਅਲ ਹੋ ਗਿਆ, ਇਹ ਗਰੀਬਾਂ 'ਚੋਂ ਪਹਿਲਾਂ ਤਾਂ ਆਮ ਇਹ ਸੀ ਵੀ ਇਹ ਗਰੀਬਾਂ ਦਾ ਕਿੱਤਾ ਹੈ, ਲੇਕਿਨ ਇਹ ਕਿੱਤਾ ਹੁਣ ਕਮਰਸ਼ੀਅਲ ਤੌਰ 'ਤੇ ਬੜੇ ਉੱਚੇ ਲੈਵਲ 'ਤੇ ਚਲਾ ਗਿਆ। ਅਤੇ ਨਾਲੇ ਇਹ ਵੀ ਗੱਲ ਹੈ ਨਾ ਕਿ ਜੇ ਤੁਸੀਂ ਪਹਿਲਾਂ ਰੱਖਦੇ ਘਰਦਿਆਂ ਨੇ ਨਹੀਂ ਰੱਖਣ ਹੋਣਾ ਵੀ ਜੋਧਾ ਬੱਕਰੀਆਂ ਵਾਲਾ ਕਹਿਣ ਲੱਗ ਜਾਣਗੇ, ਹੁਣ ਮਾਨ ਫਾਰਮ ਕਿਹਨੇ ਕਹਿਣਾ ਸੀ? ਨਾ ਨਾ, ਮੈਨੂੰ ਹੁਣ ਵੀ ਕਿਹਾ, ਮੈਨੂੰ ਜਦੋਂ ਸ਼ੁਰੂ 'ਚ ਮੈਂ ਦੱਸਿਆ ਨਹੀਂ ਸੀ, ਮੈਂ ਤਿੰਨ 2-3 ਮਹੀਨੇ ਦੱਸਿਆ ਨਹੀਂ ਵੀ ਅਸੀਂ ਬੱਕਰੀਆਂ ਰੱਖ ਲਈਆਂ, ਕੁਛ ਰੱਖ ਲਿਆ, ਅਤੇ ਹੌਲੀ ਹੌਲੀ ਹੁਣ ਬੱਚਿਆਂ ਨੂੰ ਆਪੇ ਪਤਾ ਲੱਗ ਗਿਆ ਵੀ ਡੈਡੀ ਤੁਸੀਂ ਬੱਕਰੀਆਂ ਰੱਖ ਲਈਆਂ, ਅਤੇ ਉਹ ਫਿਰ ਦਿਖਾਇਆ ਸਾਰਾ ਕੁਛ, ਕਹਿੰਦੇ ਵੀ ਠੀਕ ਹੈ ਤਾਂ ਦੱਸੋ, ਇਹ ਵਧੀਆ ਵਧੀਆ ਹੋਇਆ। ਮਾਨ ਸਾਹਿਬ ਫਿਊਚਰ ਪਲਾਨ ਕੀ ਨੇ? ਫਿਊਚਰ ਪਲਾਨ ਤਾਂ ਮੇਰਾ ਉਹੀ ਹੈ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਮੇਰਾ ਮੈਂ ਇਸ ਫਾਰਮ ਨੂੰ ਇਕੱਲੇ ਪੰਜਾਬ ਇੰਡੀਆ ਪੱਧਰ 'ਤੇ ਨਹੀਂ ਰੱਖਣਾ ਚਾਹੁੰਦਾ, ਅਤੇ ਮੈਂ ਇਹਨੂੰ ਵੱਡੇ ਵੱਡੇ ਲੈਵਲ 'ਤੇ ਲੈ ਕੇ ਜਾ ਰਿਹਾ ਬਹੁਤ ਜਲਦੀ, ਮੈਂ ਚਾਹੁੰਦਾ ਵੀ ਇੱਥੇ ਚਾਹੁੰਦਾ ਨਹੀਂ, ਅਤੇ ਮੇਰੀ ਇਹ ਪੂਰੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਆਉਂਦੇ ਸਾਲ ਤੋਂ ਬਾਅਦ ਇੱਥੇ ਦੇਖਣ ਲੋਕ ਗੋਰੇ ਆਉਣਗੇ ਇਸ ਫਾਰਮ ਨੂੰ, ਅਤੇ ਮੈਂ ਤਾਂ ਨਾਂ ਇਸੇ ਕਰਕੇ ਵਰਲਡ ਵੈਸਟ ਰੱਖਿਆ। ਪੂਰਾ ਨਾਮ ਕੀ ਰੱਖਿਆ? ਵਰਲਡ ਵੈਸਟ ਇੰਟੀਗ੍ਰੇਟਡ ਫਾਰਮ ਜੀ। ਜੋਧਾ ਸਿੰਘ ਮਾਨ ਸਾਹਿਬ ਦਾ ਪਿੰਡ ਸੂਚ ਦੇ ਵਿੱਚ ਆ, ਔਰ ਇੱਥੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਸੀ। ਇੱਥੇ ਇੱਕ ਵਾਰ ਆ ਕੇ ਜ਼ਰੂਰ ਦੇਖਣ, ਖਾਸ ਕਰਕੇ ਉਹ ਲੋਕ ਜਿਹੜੇ ਚਾਹੁੰਦੇ ਆ ਕਿ ਅਸੀਂ ਕੁਛ ਕਰਨਾ, ਇੱਕ ਉਹ ਲੋਕ ਜਿਹੜੇ ਕਹਿੰਦੇ ਆ ਸਾਡੇ ਕੋਲ ਮੌਕੇ ਨਹੀਂ, ਵਿਦੇਸ਼ ਜਾਣ ਦੀ ਚਾਹ ਹਰੇਕ ਨੂੰ ਹੈ, ਚੰਗਾ ਭਵਿੱਖ ਬਣਾਉਣ ਦੇ ਯਤਨ ਸਾਨੂੰ ਸਭ ਨੂੰ ਕਰਨੇ ਚਾਹੀਦੇ ਆ, ਪਰ ਇਹ ਤੋਂ ਬਿਨਾਂ ਸਾਡੀ ਮਿੱਟੀ ਕੀ ਕੁਛ ਦਿੰਦੀ ਹੈ, ਸਾਡੀ ਸੋਚ ਕੀ ਕੁਛ ਦੇ ਸਕਦੀ ਹੈ, ਇਹ ਜ਼ਰੂਰ ਦੇਖਣ ਦੀ ਲੋੜ ਹੈ। ਸੋ ਇੱਥੇ ਅਸੀਂ ਲੈਂਦੇ ਹਾਂ ਬ੍ਰੇਕ, ਅਤੇ ਫਿਰ ਮਿਲਾਂਗੇ ਅਗਲੀ ਸ਼ਖਸੀਅਤ ਨੂੰ।